ਤਰਨ ਤਾਰਨ ਵਿਖੇ ਬੀਤੀ ਦਿਨ ਕੁਝ ਨੌਜਵਾਨਾਂ ਵੱਲੋਂ ਤੇਜ਼ ਹਥਿਆਰਾਂ ਦੇ ਬਲ ਤੇ ਅੱਡਾ ਬਾਜ਼ਾਰ ਵਿੱਚ ਗੁੰਡਾਗਰਦੀ ਦਾ ਨਾਚ ਕਰਦਿਆਂ 3 ਦਰਜਨ ਦੇ ਕਰੀਬ ਦੁਕਾਨਾਂ ਦੀ ਭੰਨਤੋੜ ਕਰਦਿਆਂ ਦੁਕਾਨਾਂ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਦੁਕਾਨਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ। ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਥਾਣਾ ਸ਼ਹਿਰ ਦੇ ਬਾਹਰ ਰੋਸ ਧਰਨਾ ਦੇ ਕੇ ਦੋਸ਼ੀਆਂ ਦੀ ਗ੍ਰਿਫਤਾਰ ਦੀ ਮੰਗ ਕੀਤੀ ਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜੋਬਨਜੀਤ ਸਿੰਘ ਗੋਲਡੀ ਅਤੇ ਉਹਨਾਂ ਦੇ ਹੋਰ ਅਣਪਛਾਤੇ ਸਾਥੀਆਂ ਦੇ ਖਿਲਾਫ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਉਕਤ 4 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ, ਬਾਕੀ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਦੇ ਵਿੱਚ 4 ਜਿਹੜੇ ਮੇਨ ਮੁਰਜਮ ਸੀ, 4 ਦੇ 4 ਪੁਲਿਸ ਨੇ ਅਰੈਸਟ ਕਰ ਲਏ। ਇੱਕ ਜੋਬਨਜੀਤ ਹੈ, ਇੱਕ ਗੋਲਡੀ ਹੈ, ਸਾਹਿਬ ਸਿੰਘ ਸੋਨੂ ਤੇ ਸਾਹਲਦੀਪ, ਇਹ 4 ਪੁਲਿਸ ਨੇ ਅਰੈਸਟ ਕਰ ਲਏ ਨੇ। ਤੇ ਇਹਨਾਂ ਦੇ 3 ਹਜੇ ਜਿਹੜੇ ਅਸਿਸਟੈਂਟ ਮਤਲਬ ਨਾਲ ਸੀ, ਸਾਥੀ ਸੀ, ਉਹ ਨਾਲ ਆਏ ਸੀ, ਉਹ 3 ਰਹਿ ਗਏ, 4 ਅਸੀਂ ਪੁਲਿਸ ਨੇ ਤਰਨ ਤਾਰਨ ਪੁਲਿਸ ਨੇ ਅਰੈਸਟ ਕਰ ਲਏ। ਜਿਹੜੀਆਂ ਉਹ ਲੜਕੀਆਂ ਕੁੱਟਣ ਦੀ ਗੱਲ ਕਰ ਰਹੇ ਨੇ, ਜਿਹੜੀ ਅੱਜ ਪੇਪਰਾਂ 'ਚ ਖਬਰ ਲੱਗੀ ਹੈ, ਉਹਦੇ ਵਿੱਚ ਇਹ ਹੈ ਵੀ ਉਹ ਇਹਨਾਂ ਦੇ ਸੋਨੂ ਜਿਹੜਾ ਹੈਗਾ ਮੇਨ, ਜਿਹਦਾ ਪੈਸਿਆਂ ਦਾ ਝਗੜਾ ਸੀ, ਇੱਕ ਤਾਂ ਉਹਦੀ ਬੇਟੀ ਹੈ ਅਤੇ ਇੱਕ ਉਹਦੀ ਵਾਈਫ ਹੈ ਰਿੰਪੀ, ਅਤੇ ਸਿਮਰਨਪ੍ਰੀਤ ਜਿਹੜੀ ਉਹ ਕੁੜੀ ਦੀ ਜੋਬਨਜੀਤ ਹੈ ਜਿਹੜਾ ਉਹ ਮੁਰਜਮ ਨਾਲ ਜਿਹੜੀ ਫੜਿਆ ਦਿਖਾਈ ਦੇ ਰਿਹਾ ਉਹ ਰੋਕ ਰਹੀ ਹੈ ਉਹਦੀ ਬੇਟੀ ਉਹਨੂੰ ਵੀ ਨਾ ਇਹ ਨਾ ਕਰੋ। ਉਹ ਕੁੱਟੀਆਂ ਨੇ ਹੈਗੀਆਂ ਉਹ ਇਹਨਾਂ ਦੀਆਂ ਹੀ, ਇਹਨਾਂ ਦੇ ਨਾਲ ਆਈਆਂ ਸੀ ਮੁਰਜਮਾਂ ਦੇ ਨਾਲ। ਗੌਰਤਲਬ ਹੈ ਕਿ ਉਕਤ ਵਾਰਦਾਤ ਦੇ ਮਾਮਲੇ 'ਚ ਨੌਜਵਾਨ 15 ਤੋਂ 17 ਸਾਲ ਦੀ ਉਮਰ ਦੇ ਹਨ। ਤਰਨ ਤਾਰਨ ਤੋਂ ਹਰਜਿੰਦਰ ਗੱਬਰ, ਸੀਬੀਆਈ ਪੰਜਾਬ ਟੀਵੀ।